आईक्यू ऑप्शन ਤੇ ਕੰਮ ਕਰਨਾ ਬਹੁਤ ਹੀ ਜ਼ਿਆਦਾ ਸੌਖਾ। ਜਸਟ ਨੀਚੇ ਦਿੱਤੇ ਹੋਏ ਲਿੰਕ ਤੇ ਕਲਿੱਕ ਕਰੋ, ਜਾਓ ਰਜਿਸਟ੍ਰੇਸ਼ਨ ਕਰੋ ਤੇ ਉਸ ਤੋਂ ਬਾਅਦ ਮਿਨੀਮਮ $10 ਡਿਪੋਜ਼ਿਟ ਕਰੋ। ਜਦੋਂ ਤੁਸੀਂ ਡਿਪੋਜ਼ਿਟ ਕਰੋਗੇ ਉਸ ਤੋਂ ਬਾਅਦ ਹੀ ਤੁਸੀਂ ਜਿਹੜੇ ਰੀਅਲ ਪੈਸੇ ਆ ਅਰਨ ਕਰ ਸਕਦੇ ਹੋ। ਗਾਈਜ਼ ਕੋਈ ਔਖਾ ਕੰਮ ਨਹੀਂਗਾ, ਜਸਟ ਤੁਸੀਂ ਪ੍ਰੈਡਿਕਟ ਕਰਨਾ ਕਿ ਜਿਹੜਾ ਉਹ ਗ੍ਰਾਫਿਕ ਹੈ ਜਿਹਦਾ ਉਹ ਉੱਪਰ ਵੱਲ ਜਾ ਰਿਹਾ ਕਲਿੱਕ ਕਰੋ ਕਾਲ ਤੇ ਜੇ ਉਹ ਨੀਚੇ ਵੱਲ ਜਾ ਰਿਹਾ ਤਾਂ ਕਲਿੱਕ ਕਰੋ ਪੁੱਟ ਤੇ। ਇੰਨਾ ਕੰਮ ਹੈ, ਤੁਹਾਡਾ ਤੁੱਕਾ ਸਹੀ ਨਿਕਲਿਆ ਤਾਂ ਤੁਸੀਂ ਮਾਲਾ ਮਾਲ। ਜਸਟ ਦਿਨ ਵਿੱਚ 10-15 ਮਿੰਟ ਕੰਮ ਕਰਨਾ ਤੇ ਤੁਸੀਂ ਵਧੀਆ ਪੈਸੇ ਕਮਾ ਸਕਦੇ ਹੋ, ਲਾਈਕ ਜਿਵੇਂ ਮੈਂ ਕਮਾਏ ਹੈ। ਐਂਡ ਬਲੀਵ ਮੀ ਗਾਈਜ਼, ਮੈਂ ਹਮੇਸ਼ਾ ਤੁਹਾਨੂੰ ਦੱਸਦਾ, ਨੀਚੇ ਹੁਣੇ ਜਾਓ, ਕਲਿੱਕ ਕਰੋ ਉਸ ਲਿੰਕ ਤੇ ਡਿਪੋਜ਼ਿਟ ਕਰਕੇ ਪੈਸੇ ਕਮਾਉਣੇ ਸ਼ੁਰੂ ਕਰ ਦਿਓ। ਸਬਸਕ੍ਰਾਈਬ ਕਰੋ ਪੰਜਾਬੀ ਰੀਅਲ ਟੀਵੀ, ਬੈਲ ਵੀ ਨੱਪ ਦੋ ਨੱਪ ਦੋ। ਅੱਜ ਦੀ ਵੀਡੀਓ ਦੇ ਮੈਂ ਦਿਲਪ੍ਰੀਤ ਜੀ ਨਾਲ ਨਹੀਂ ਬਣਾ ਰਿਹਾ, ਇਹ ਕੋਈ ਹੋਰ ਨੇ। ਸੋ ਵੀਡੀਓ ਦੇ ਵਿੱਚ ਇਹ ਰਿਐਕਸ਼ਨ ਤੁਹਾਨੂੰ ਇਦਾਂ ਹੀ ਦੇਣੀ ਹੈ। ਦੈਟਸ ਇਟ। ਹੈਲੋ ਜੀ, ਮਾਈ ਨੇਮ ਇਜ਼ ਅਮੇਜ਼ਿੰਗ ਐਂਡ ਸ਼ੀ ਇਜ਼ ਦਿਲਪ੍ਰੀਤ ਕੌਰ। ਸਤਿ ਸ਼੍ਰੀ ਅਕਾਲ। ਅਸੀਂ ਪਹਿਲਾਂ ਮਜ਼ਾਕ ਕਰ ਰਹੇ ਸੀ ਦਿਲਪ੍ਰੀਤ ਜੀ ਸੀ, ਘੁੰਗਟ ਇਹਨਾਂ ਨੂੰ ਲੈਣ ਦਾ ਸ਼ੌਂਕ ਜਿਹਾ ਚੜ ਗਿਆ ਸੀ ਤੇ, ਬਟ ਉਹ ਜਲਦੀ ਹੀ ਉਤਰ ਗਿਆ। ਨਹੀਂ ਸੋਚਿਆ ਸੀ ਵੀ ਅੱਜ ਇੱਦਾਂ ਵੀਡੀਓ ਬਣਾਉਣੀ ਹੈ। ਫਿਰ ਬਣਾਈ ਕਿਉਂ ਨਹੀਂ? ਉਹ ਮਜ਼ਾਕ ਸੀਗਾ। ਗਾਈਜ਼ ਵੀਡੀਓ ਕਰਾਂਗੇ ਸ਼ੁਰੂ ਕਿਉਂਕਿ ਅੱਜ ਸਾਡੀ ਲੜਾਈ ਹੋਈ ਵੀ ਹੈ ਅਤੇ ਅਸੀਂ ਇੱਕ ਦੂਜੇ ਨੂੰ ਨਹੀਂ ਬੁਲਾਵਾਂਗੇ, ਅਸੀਂ ਸਿਰਫ ਤੁਹਾਨੂੰ ਰਿਐਕਸ਼ਨ ਦੇਵਾਂਗੇ। ਸੋ ਵੀਡੀਓ ਹੈਗੀ ਹੈ ਇੱਕ ਤਬਲਾ ਪਲੇਅਰ ਦੀ, ਜਿੱਦਾਂ ਆਪਾਂ ਸਟਰੀਟ ਸਿੰਗਰ ਦੇਖਦੇ ਹਾਂ, ਅੱਜ ਇੱਕ ਤਬਲਾ ਪਲੇਅਰ ਦੇਖਾਂਗੇ। ਬਟ ਖਾਸੀਅਤ ਇਹ ਹੈ ਕਿ ਉਹ ਬੱਚਾ ਛੋਟਾ ਆ ਅਤੇ ਮੇਰੇ ਵੱਲ ਇੱਦਾਂ ਦੇਖਣ ਦੀ ਲੋੜ ਨਹੀਂ, ਸਿੱਧਾ ਕੈਮਰੇ ਵੱਲ ਦੇਖੋ। ਆਪਾਂ ਲੜੇ ਹੋਏ ਹਾਂ ਅਤੇ ਲੜਿਆਂ ਵਾਂਗੂ ਹੀ ਮੇਰੇ ਨਾਲ ਗੱਲ ਕਰ। ਨਹੀਂ ਫਿਰ ਹੋਰ ਬਿਠਾ ਲਓ ਇੱਥੇ ਕੋਈ ਉਸਤਾਦ, ਉਹ ਗੱਲ ਨਹੀਂ ਹੁੰਦੀ। ਵੀਡੀਓ ਸ਼ੁਰੂ ਕਰਾਂਗੇ। ਬਸ ਮੂਵੀ ਦੇਖ ਲਈ ਤੇ ਬਸ ਉਸਤਾਦ ਉਸਤਾਦ ਗੱਲ ਕਰਾਂਗੇ ਬਾਅਦ ਵਿੱਚ ਤੁਹਾਡੇ ਨਾਲ। ਮੈਂ ਵੀਡੀਓ ਕਰਾਂਗੇ ਸ਼ੁਰੂ ਗਾਈਜ਼, ਪਹਿਲਾਂ ਉਸ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ, ਹਿੱਟ ਦਾ ਬੈਲ ਆਈਕਨ ਐਜ਼ ਵੈਲ, ਤਾਂ ਜੋ ਨੋਟੀਫਿਕੇਸ਼ਨ ਸਾਡੇ ਫੋਨ ਤੁਹਾਨੂੰ ਮਿਲ ਜਾਏ। ਮੇਰੀ ਗੱਲ ਵਿੱਚ ਟੋਕਣ ਦੀ ਲੋੜ ਨਹੀਂ, ਮੇਰਾ ਡਾਇਲੋਗ ਹੈ। ਤੁਹਾਡਾ ਡਾਇਲੋਗ ਹੈ? ਤਾਂ ਮੇਰਾ ਡਾਇਲੋਗ ਇਹ ਹੈ ਕਿ ਲੈਟ ਗੈਟ ਸਟਾਰਟਡ। ਆਪਾਂ ਪਹਿਲੇ ਵੇਖਣਗੇ ਤਬਲੇ ਨੂੰ। ਯੈਸ ਐਂਡ ਹੋਪ ਸੋ ਕਿ ਸਰ ਪ੍ਰੈਕਟਿਸ ਕਰ ਰਹੇ, ਮੇਰੇ ਖਿਆਲ ਉਹ ਲੱਗਾ ਹੋਇਆ ਮਿਊਜ਼ਿਕ ਲੱਗਾ। ਓ ਕਹਿੰਦੇ ਉਸਤਾਦ ਬੰਦੇ ਜਿਹੜੇ ਵੱਡਿਆਂ ਨੇ ਵਜਾਇਆ ਉਹ ਇਹਨੇ ਵਜਾਉਣਾ, ਕਿਊਟ ਆ। Oh my god man, kitna confidence hai na full on. Oh oh wow, cricket badi soni hai ji. ਓਏ ਹੋਏ ਚੌਗੁਣ, ਓਹੋ ਕੂਲ ਮੈਨ, ਬਹੁਤ ਟੈਲੈਂਟ ਆ ਬੱਚੇ। ਉਸਤਾਦ ਹੈ ਯਾਰ, ਉਹ
ਨਾਲ ਕੈਰਵਾਂ ਮੈਨੂੰ ਇੰਨੀ ਨੌਲੇਜ ਨਹੀਂ ਪਰ ਕੈਰਵਾਂ ਕੀ ਸਾਰੇ ਹੀ ਪਲੇ ਕਰੀ ਜਾਂਦਾ ਦੁੱਗਣ ਨੂੰ ਜਾ ਰਹੇ ਨਾ ਕੀ ਮੇਰੇ ਘਰ ਇੱਕ ਢਾਈ ਗੁਣ ਹੁੰਦਾ ਨਾ ਸ਼ਾਇਦ ਉਹ ਆ ਮੈਨੂੰ ਕਨਫਰਮ ਨਹੀਂ ਗਾ ਪੂਰਾ ਪਰ ਆਹ ਤਾਂ ਚੌਗੁਣ ਹੈ ਜੀ ਦੁੱਗਣ ਕਿੱਥੇ ਰਹੇ ਆਹ ਵਾਲੀ ਨਹੀਂ ਪਹਿਲੀ ਜੋ ਮੈਂ ਕਿਹਾ ਸੀ ਉਦੋਂ ਬਹੁਤ ਵਧੀਆ ਇਹਦੇ ਨਾਲ ਮਤਲਬ ਵੱਡੇ ਵੱਡੇ ਵੀ ਨਹੀਂ ਵਜਾ ਪਾਉਂਦੇ ਮਤਲਬ ਇੰਨੀ ਮਤਲਬ ਆਵਾਜ਼ ਆ ਰਹੀ ਹੈ ਨਿੱਕੇ ਨਿੱਕੇ ਹੱਥਾਂ ਦੇ ਐਂਡ ਹੈ ਸੋ ਤੋ ਮੇਰੇ ਨਾਲ ਬੰਚਾ ਹੈਗਾ ਵੀ ਲੈਫਟ ਹੈ ਮਤਲਬ ਲੈਫਟ ਹੀ ਹੈ ਲੈਫਟ ਹੀ ਓਕੇ ਕਮਾਲ ਹੈ ਯਾਰ ਮਤਲਬ ਇੰਨਾ ਅੱਛਾ ਇਹਨੇ ਵਜਾਇਆ ਨਾ ਸਾਫ ਪਤਾ ਲੱਗਦਾ ਕਿ ਇਹਦੀ ਮਿਹਨਤ ਦਿਖਦੀ ਹੈ ਵੈਸੇ ਗੱਲ ਸਾਰੀ ਆਬਜ਼ਰਵੇਸ਼ਨ ਦੀ ਹੁੰਦੀ ਹੈ ਬਿਕੋਜ਼ ਜੇ ਆਪਾਂ ਕਿਸੇ ਵੱਡੇ ਨੂੰ ਦੇਖਦੇ ਆਪਾਂ ਕਹਿੰਦੇ ਹਾਂ ਯਾਰ ਬੰਦੇ ਕੋਲ ਬੜੇ ਸਾਲਾਂ ਦਾ ਐਕਸਪੀਰੀਅੰਸ ਹੈ ਹੈ ਨਾ ਬਟ ਇਹਦੀ ਉਮਰ ਤੋਂ ਲੱਗਦਾ ਨਹੀਂ ਕਿ ਇਹਨਾਂ ਕੋਲ ਬੜੇ ਸਾਲਾਂ ਦਾ ਐਕਸਪੀਰੀਅੰਸ ਹੈ ਇਟਸ ਆਲ ਡਿਪੈਂਡਸ ਅਪਨ ਹੁਣ ਆਪਾਂ ਐਂ ਤਾਂ ਨਹੀਂ ਕਹਿ ਸਕਦੇ ਬਹੁਤ ਸਾਲਾਂ ਦਾ ਐਕਸਪੀਰੀਅੰਸ ਹੈ ਸਹੀ ਹਾਂ ਵੀ ਹੁਣੇ ਵਜਾਣਾ ਲੱਗਿਆ ਹੋਊਗਾ ਜਾਂ ਫਿਰ ਵੀ ਕਹਿ ਦਿੰਦੇ ਹਾਂ ਵੀ ਬਸ ਪਰਮਾਤਮਾ ਤੋਂ ਸਿੱਖਿਆ ਹੈ ਗੋਡ ਗਿਫਟਡ ਕਹਿ ਸਕਦੇ ਹਾਂ ਮਤਲਬ ਇੱਕ ਆਬਜ਼ਰਵੇਸ਼ਨ ਪਾਵਰ ਬੱਚੇ ਦੀ ਸਟਰੋਂਗ ਹੋਣੀ ਆ ਦੈਟਸ ਵਾਈ ਕਿ ਉਹ ਇੰਨੀ ਜਲਦੀ ਅਬਜ਼ਰਵ ਕੀਤਾ ਉਹਨੇ ਸਾਰੀਆਂ ਚੀਜ਼ਾਂ ਨੂੰ ਐਂਡ ਇੰਨਾ ਵਧੀਆ ਤਬਲਾ ਪਲੇਅਰ ਬਣਿਆ ਯਾਰ ਜੇ ਆਪਾਂ ਵੀ ਅੱਜ ਤੋਂ ਮਤਲਬ ਸਿੱਖਣ ਚੱਲ ਜਾਈਏ ਤੇ ਆਪਾਂ ਨੂੰ ਕਿੰਨਾ ਟਾਈਮ ਲੱਗ ਜਾਊਗਾ 2-3 ਸਾਲ ਲੱਗ ਹੀ ਜਾਣਗੇ ਆਰਾਮ ਨਾਲ ਆਰਾਮ ਨਾਲ ਹਾਂਜੀ ਤੇ ਆਪਣੇ ਮਤਲਬ ਇਹਨਾਂ ਦੇ ਹੱਥ ਵੀ ਨਿੱਕੇ ਨਿੱਕੇ ਆ ਫਿਰ ਵੀ ਇਹਨਾਂ ਦੀ ਮਤਲਬ ਗੂੰਜ ਆ ਰਹੀ ਹੈ ਆਵਾਜ਼ ਆ ਰਹੀ ਐਂਡ ਇੰਪਰੂਵਮੈਂਟ ਕਹਿ ਸਕਦੇ ਹਾਂ ਦੇਖੋ ਮਤਲਬ ਕਿੰਨੀ ਕਲੈਰਿਟੀ ਦਿਖਦੀ ਪਈ ਸੀ ਯਾਰ ਇਹਦੇ ਵਿੱਚ ਆਏ ਨਹੀਂ ਸੀ ਕੋਈ ਖੱਪ ਜੀ ਪਈ ਜਾਂਦੀ ਐਂਡ ਇੱਕ ਇੱਕ ਜਿਹੜਾ ਉਹਦਾ ਤਾਲ ਵੱਜ ਰਿਹਾ ਸੀਗਾ ਹੈ ਨਾ ਐਂਡ ਪੂਰਾ ਲੈ ਦੇ ਅਨੁਸਾਰ ਸੀਗਾ ਵੀ ਆਪਾਂ ਦੇਖ ਸਕਦੇ ਹਾਂ ਵੀ ਜਿਹੜੀ ਚੀਜ਼ ਇਹਨੇ ਵਜਾਈ ਹੈ ਨਾ ਉਹ ਕਲਾਸੀਕਲ ਸੀਗੀ ਪੂਰੀ ਠੀਕ ਹੈ ਐਂਡ ਉਹ ਮੈਨੂੰ ਲੱਗਦਾ ਵੱਡੇ ਵੱਡੇ ਪਲੇਅਰ ਜਿਹਨਾਂ ਕੋਲ ਇੰਨੇ ਇੰਨੇ ਸਾਲਾਂ ਦਾ ਐਕਸਪੀਰੀਅੰਸ ਹੈ ਨਾ ਉਹ ਵੀ ਨਹੀਂ ਵਜਾ ਸਕਦੇ ਜਿਹੜਾ ਇਸ ਬੱਚੇ ਨੇ ਪਲੇ ਕਰਤਾ ਤਬਲਾ ਹਾਂਜੀ ਹੈ ਨਾ ਐਂਡ ਯਾਰ ਚੌਗੁਣ ਵਜਾਉਣੀ ਕਿਸੇ ਹਰ ਕਿਸੇ ਦੀ ਗੱਲ ਨਹੀਂ ਹੈ ਮਤਲਬ ਆ ਜਿਹੜੇ ਤੇਜ਼ ਤੇਜ਼ ਵਜਾਉਂਦੇ ਆ ਉਸ ਚੀਜ਼ ਨੂੰ ਇੱਕ ਦੁੱਗਣ ਹੁੰਦੀ ਆ ਉਸ ਤੋਂ ਬਾਅਦ ਚੌਗੁਣ ਹੁੰਦੀ ਆ ਪਹਿਲਾਂ ਇੱਕ ਸਿੰਪਲ ਬੇਸਿਕ ਮਤਲਬ ਤਾਲ ਹੁੰਦੀ ਆ ਸਭ ਵੱਖਰੇ ਵੱਖਰੇ ਤਰ੍ਹਾਂ ਦੇ ਯਾਨੀ ਹਰ ਇੰਸਟਰੂਮੈਂਟ ਦੇ ਵਿੱਚ ਉਹਦੇ ਆਪਣਾ ਆਪਣੇ ਆਪਣੇ ਰੂਲ ਹੁੰਦੇ ਆ ਆਪਣੇ ਆਪਣੇ ਉਹਦੇ ਨਾਮ ਹੁੰਦੇ ਆ ਨਾ ਵੇ ਆਫ ਜਿੱਦਾਂ ਪਲੇ ਕਰਨ ਦਾ ਹਾਂਜੀ ਅਤੇ ਇਹਦੇ ਵਿੱਚ ਜਿਵੇਂ ਕਈ ਹੁੰਦੇ ਆ ਤਾਲ ਜਿਵੇਂ ਕਹਿਰਵਾਂ ਬੈਠਵਾਂ ਹੈ ਨਾ ਢਾਈ ਤਾਲ ਤੀਨ ਤਾਲ ਅਤੇ ਦਾਦਰਾ ਹੈ ਨਾ ਇੱਦਾਂ ਦੇ ਮਤਲਬ ਕਾਫੀ ਤਾਲ ਹੁੰਦੇ ਆ ਅਤੇ ਕੈਂਟ ਸੀ ਯਾਰ ਮੈਂ ਤਾਂ ਸੱਚੀ ਮੇਰੇ ਤਾਂ ਅੱਖਾਂ ਖੜੀਆਂ ਰਹਿ ਗਈਆਂ ਬੱਚਿਆਂ ਨੂੰ ਦੇਖ ਕੇ ਬਹੁਤ ਜ਼ਿਆਦਾ ਮਤਲਬ ਇੰਨਾ ਅੱਛਾ ਲੱਗਾ ਸੁਣ ਕੇ ਵੈਸੇ ਆਪਾਂ ਹਮੇਸ਼ਾ ਸਤਾਰ ਵਾਲੀ ਵੀਡੀਓ ਸਵੇਰੇ ਆਏ ਪਹਿਲੀ ਵਾਰ ਤਬਲੀ ਵਾਲੀ ਰਬਾਬ ਵਾਲੀ ਨਾਟ ਸਤਾਰ ਨਹੀਂ ਰਬਾਬ ਵਾਲੀ ਸਤਾਰ ਵਾਲੀ ਵੇਖੀ ਹੈ ਸਤਾਰ ਵਾਲੀ ਕਿਹੜੀ ਵੇਖੀ ਆਪਾਂ ਜਿੱਥੇ ਸਾਰਿਆਂ ਨੇ ਆ ਕੇ ਸਿੱਖ ਰਹੇ ਆ ਜਾਂ ਫਿਰ ਹੋ ਸਕਦਾ ਕਿ ਇਹ ਕਿਸੇ ਜੋ ਇੰਸਟਰੂਮੈਂਟ ਪਲੇ ਕਰਦੇ ਆ ਉਹਨਾਂ ਦੇ ਹੀ ਬੱਚੇ ਹੋਣ ਅੱਗੇ ਤੇ ਹਰ ਮਤਲਬ ਕਿਉਂਕਿ ਉਹਨਾਂ ਦੇ ਘਰ ਚ ਉਹ ਚੀਜ਼ ਹੁੰਦੀ ਹੈ ਕੀ ਪਤਾ ਇਹ ਚੀਜ਼ ਕਰਕੇ ਮਤਲਬ ਉਹ ਉਹਦੇ 'ਚ ਟੈਲੈਂਟ ਹੈ ਲੜਕੇ 'ਚ ਬਟ ਜਿਵੇਂ ਵੀ ਹੈ ਯਾਰ ਬਹੁਤ ਘੈਂਟ ਬਹੁਤ ਘੈਂਟ ਹੈ ਕਿਸੇ ਕਿਸੇ 'ਚ ਹੁੰਦਾ ਇਹਦਾ ਇਹ ਬੱਚਾ ਬਹੁਤ ਅੱਗੇ ਜਾਏਗਾ ਜੇਕਰ ਆਪਾਂ ਇਹਨਾਂ ਨੂੰ ਅਗਲੇ 10 ਸਾਲਾਂ 'ਚ ਦੇਖੀਏ ਨਾ ਅਤੇ ਜੇਕਰ ਇਹ ਇੱਦਾਂ ਹੀ ਇੰਨੀ ਮੈਨੂੰ ਤਾਂ 10 ਸਾਲ ਦੇ ਨਹੀਂ ਹੁਣ ਹੀ ਲੱਗਦਾ ਵੀ ਪੰਜ ਮੇਰੇ ਖਿਆਲ ਹੁਣੇ ਟੀਚ ਕਰਦੇ ਹੋਣੇ ਬਾਕੀਆਂ ਨੂੰ ਹਾਂਜੀ ਕਈਆਂ ਨੂੰ ਸਿਖਾਉਂਦੇ ਹੋਣੇ ਕਿ ਪੰਜ ਤੋਂ ਵੀ ਪੰਜ ਹੀ ਲਾ ਲਓ ਪੰਜ ਵੀ ਜ਼ਿਆਦਾ ਹੀ ਹੈ ਹਾਂਜੀ ਮੈਂ ਇਹ ਕਹਿਣ ਲੱਗਾ ਸੀ ਕਿ ਅਗਲੇ 5 ਸਾਲਾਂ ਤੱਕ ਮੈਨੂੰ ਲੱਗਦਾ ਇਹਨਾਂ ਨੇ ਬਹੁਤ ਵਧੀਆ ਮੁਕਾਮ ਹਾਸਲ ਕਰ ਲੈਣਾ ਅਤੇ ਪੂਰੀ ਦੁਨੀਆਂ ਦੇ ਵਿੱਚ ਇਹਨਾਂ ਦਾ ਨਾਮ ਹੈਗਾ ਜੇਕਰ ਇਸੇ ਡੈਡੀਕੇਸ਼ਨ ਨਾਲ ਇਹ ਆਪਦੇ ਕੰਮ ਨੂੰ ਆਪਣੇ ਵਰਕ ਨੂੰ ਇੰਨੀ ਮਿਹਨਤ ਅਤੇ ਇਮਾਨਦਾਰੀ ਨਾਲ ਕੰਟੀਨਿਊ ਕਰਦੇ ਆ ਅਤੇ ਇਹਨਾਂ ਦਾ ਟੈਲੈਂਟ ਯਾਰ ਸਾਰੀ ਦੁਨੀਆਂ ਨੂੰ ਦੇਖਣਾ ਬਣਦਾ ਅਤੇ ਉਸਤਾਦ ਹੁਣੇ ਸ਼ੇਅਰ ਕਰ ਦਿਉ ਆਪਣੀ ਵੀਡੀਓ ਨੂੰ ਜਮਾਂ ਅੱਗ ਵਾਂਗੂ ਫੈਲਾ ਦਿਉ ਕਿਉਂਕਿ ਇਹ ਜ਼ਰੂਰੀ ਆ ਇਹੋ ਜਿਹੇ ਬੱਚੇ ਦੁਨੀਆਂ 'ਚ ਬਹੁਤ ਘੱਟ ਹੁੰਦੇ ਆ ਜਿਨ੍ਹਾਂ ਕੋਲ ਇੱਦਾਂ ਦਾ ਟੈਲੈਂਟ ਹੁੰਦਾ ਕੋਈ ਤਬਲਾ ਪਲੇ ਕਰਦਾ ਕੋਈ ਸਿੰਗਿੰਗ ਵਧੀਆ ਕਰਦਾ ਕਿਸੇ ਕੋਈ ਹੋਰ ਇੰਸਟਰੂਮੈਂਟ ਪਲੇ ਕਰਦਾ ਕੋਈ ਖੇਡਾਂ 'ਚ ਮਾਹਿਰ ਹੁੰਦਾ ਕਿਸੇ ਦਾ ਦਿਮਾਗ ਬਹੁਤ ਤੇਜ਼ ਆ ਸੋ ਆਪਣੇ ਆਪਣੇ ਟੈਲੈਂਟ ਹੈ ਠੀਕ ਹੈ ਉੱਦਾਂ ਹੀ ਇਹਨਾਂ ਦਾ ਟੈਲੈਂਟ ਹੈ ਲੜਾਈ ਕਰਨਾ ਜੋ ਅਸੀਂ ਅੱਜ ਕੀਤੀ ਹੋਈ ਹੈ ਸੋ ਅਸੀਂ ਆਪਦੀ ਲੜਾਈ ਮਸਲਾ ਸੁਲਝਾ ਲਾਂਗੇ ਪਰ ਤੁਸੀਂ ਸਾਡੀ ਵੀਡੀਓ ਨੂੰ ਸ਼ੇਅਰ ਕਰ ਦਿਉ
ਮੈਨੂੰ ਆ ਰਿਹਾ ਗੁੱਸਾ ਇਹਨਾਂ 'ਤੇ। ਅਸੀਂ ਕਰਾਂਗੇ ਫਿਰ ਗੱਲਬਾਤ ਕਿਸੇ ਹੋਰ ਵੀਡੀਓ ਦੇ ਵਿੱਚ। ਤੁਸੀਂ ਆਪਣੀ ਲਾਈਨ ਨਹੀਂ ਬੋਲਣੀ ਹੁਣ, ਪਹਿਲਾਂ ਤਾਂ ਬੜਾ ਕਿਹਾ ਸੀ ਕਿ ਮੇਰੀ ਲਾਈਨ। ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ। ਥੈਂਕ ਯੂ, ਮਿਲਦੇ ਹਾਂ ਆਪਾਂ ਕਿਸੇ ਹੋਰ ਵੀਡੀਓ 'ਚ। ਤਦ ਤੱਕ ਪੰਜਾਬੀ ਰੀਅਲ ਟੀ ਵੀ ਆਪਣਾ ਇੰਸਟਾਗ੍ਰਾਮ ਦਾ ਹੈਂਡਲ ਆ ਉਹਦੇ ਫੋਲੋ ਕਰਨਾ ਨਾ ਭੁੱਲਿਓ, ਅਤੇ ਅਸੀਂ ਮਿਲਾਂਗੇ ਤੁਹਾਨੂੰ ਇੱਦਾਂ ਹੀ ਹੱਸਦੇ ਖੇਡਦੇ ਕਿਸੇ ਹੋਰ ਵੀਡੀਓ 'ਚ। ਸਾਡੀ ਲੜਾਈ ਨਹੀਂ ਆਈ, ਸਭ ਨਟੰਕੀ ਸੀ, ਨਹੀਂ ਆਈ ਨਾ। ਅਸੀਂ ਮਿਲਾਂਗੇ ਤੁਹਾਨੂੰ ਕਿਸੇ ਹੋਰ ਵੀਡੀਓ 'ਚ, ਤਦ ਤੱਕ ਸੁਣਦੇ ਹੋ ਜ਼ਿਆਦਾ। ਸਤਿ ਸ਼੍ਰੀ ਅਕਾਲ, ਅਤੇ ਚੱਕੀ ਰੱਖੋ ਇੱਦਾਂ ਹੀ ਕੰਮ।